No, venga. ਹਲੇ ਨਾਲ ਹੋ ਜਾ, ਤੂੰ ਨਾਲ ਹੋ ਜਾ ਦੇ। ਪਟਿਆਲਾ ਪੁਲਿਸ ਪੈਦਲ ਵਿਅਕਤੀ ਸੜਕ ਸੰਰਖਣ ਰੱਖਣ ਵਾਸਤੇ ਕੰਪੇਨ ਚਲਾ ਰਹੀ। ਅੱਛਾ ਜੀ। ਤੋ ਆਪ ਜੀ ਨੂੰ ਅਪੀਲ ਹੈ ਇਹ ਬੱਚਿਆਂ ਨੂੰ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਦੱਸਣਾ ਹੈ ਤਾਂ ਕਿ ਆਪਾਂ ਪੈਦਲ ਵੀ ਸੜਕ ਸੁਰੱਖਿਅਤ ਰੱਖੋ। ਠੀਕ ਹੈ ਜੀ। ਸਾਹਿਬ ਪਟਿਆਲਾ ਸ਼੍ਰੀ ਬਿਕਰਮ ਦੁੱਗਲ ਸਾਹਿਬ ਜੀ ਦਾ ਬਹੁਤ ਵਧੀਆ ਉਪਰਾਲਾ ਹੈ। ਲੋਕਾਂ ਦੀਆਂ ਜਾਨਾਂ ਬਚਾਉਣ ਸੰਬੰਧੀ ਇੱਕ ਬਹੁਤ ਅੱਛਾ ਉਪਰਾਲਾ ਹੈ। ਇਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਤੇ ਜੇਰ ਨਿਗਰਾਨੀ ਐਸ ਪੀ ਸਰਦਾਰ ਪਲਵਿੰਦਰ ਸਿੰਘ ਚੀਮਾ ਜੀ ਅਤੇ ਡੀ ਐਸ ਪੀ ਅਛਰੂ ਰਾਮ ਸ਼ਰਮਾ ਜੀ ਟ੍ਰੈਫਿਕ ਦੇ ਨੇ। ਅਸੀਂ ਇਹ ਵੀਕ ਸ਼ੁਰੂ ਹੋਇਆ ਸੀਗਾ ਇੱਕ ਜੈਬਰਾ ਕਰੋਸਿੰਗ ਦਾ ਕਿ ਜੈਬਰਾ ਕਰੋਸਿੰਗ 'ਤੇ ਲੋਕ ਜਿਹੜੇ ਗੱਡੀਆਂ ਲਿਆ ਕੇ ਖੜਾ ਦਿੰਦੇ ਕਿਉਂਕਿ ਆਮ ਲੋਕਾਂ ਦੇ ਲੰਘਣ ਵਾਸਤੇ ਜਗ੍ਹਾ ਹੁੰਦੀ ਹੈ। ਉਹਦੇ 'ਤੇ ਐਕਸੀਡੈਂਟ ਹੋ ਕੇ ਕਾਫੀ ਮੌਤਾਂ ਹੁੰਦੀਆਂ, ਉਹਦੇ ਸੰਬੰਧੀ ਅਵੇਅਰਨੈਸ ਕਰਦੇ। ਅੱਜ ਸਪੈਸ਼ਲੀ ਦਿਨ ਹੈਗਾ ਜਿਹੜਾ ਅਵੇਅਰਨੈਸ ਜਾਗਰੂਕ ਦਿਨ ਹੈ, ਉਹ ਇਹ ਹੈ ਕਿ ਜਿਹੜੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਜਾਂ ਮੋਬਾਈਲ ਫੋਨ ਵਰਤੋਂ ਕਰਦੇ ਨੇ ਗੱਡੀ ਚਲਾਉਂਦੇ ਸਮੇਂ, ਉਹ ਐਕਸੀਡੈਂਟ ਹੁੰਦਾ ਹੈ, ਬਹੁਤ ਜਾਨਾਂ ਚਲੀਆਂ ਜਾਂਦੀਆਂ। ਸਾਡੇ ਦੇਸ਼ ਦੇ ਵਿੱਚ ਬਿਮਾਰੀ ਤੋਂ ਬਾਅਦ ਐਕਸੀਡੈਂਟ 'ਚ ਜਾਨਾਂ ਜਾਂਦੀਆਂ ਨੇ, ਉਹਨਾਂ ਨੂੰ ਰੋਕਣ ਸੰਬੰਧੀ ਇਹ ਅਭਿਆਨ ਸ਼ੁਰੂ ਕੀਤਾ ਹੋਇਆ। ਅੱਜ ਅਸੀਂ ਤੁਹਾਡੇ ਸਾਰ ਨਾਭਾ ਵਿੱਚ ਆ ਕੇ ਲੋਕਾਂ ਨੂੰ ਜਿਹੜੇ ਵਹੀਕਲ ਚਾਲਕ ਨੇ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜੈਬਰਾ ਕਰੋਸਿੰਗ ਦਾ ਧਿਆਨ ਰੱਖੋ, ਜੈਬਰਾ ਕਰੋਸਿੰਗ ਤੋਂ ਪਿੱਛੇ ਗੱਡੀ ਖੜਾਓ, ਪੈਦਲ ਚੱਲਣ ਵਾਸਤੇ ਰਸਤਾ ਹੈ ਲੋਕਾਂ ਦੇ। ਦੂਸਰਾ, ਮੋਬਾਈਲ
ਨਹੀਂ ਸੁਣਨਾ, ਜਦੋਂ ਵੀ ਗੱਡੀ ਚਲਾਉਂਦੇ ਹਾਂ ਜਾਂ ਗੱਡੀ ਚਲਾਉਂਦੇ ਸਮੇਂ ਕੋਈ ਸ਼ਰਾਬ ਨਹੀਂ ਪੀਣੀ, ਇਸ ਨਾਲ ਬਹੁਤ ਐਕਸੀਡੈਂਟ 'ਚ ਮੌਤਾਂ ਹੁੰਦੀਆਂ ਨੇ। ਇਹ ਪਟਿਆਲਾ ਪੁਲਿਸ ਦਾ ਉਪਰਾਲਾ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਭਿਆਨ ਸਦਾ ਹੀ ਜਾਰੀ ਰਹੇਗਾ। ਇੱਕ ਸਰ, ਅੱਜ ਕੱਲ੍ਹ ਧੁੰਦ ਦਾ ਮੌਸਮ ਚੱਲ ਰਿਹਾ, ਧੁੰਦ ਦੇ ਵਿੱਚ ਕਾਫੀ ਤੁਸੀਂ ਦੇਖ ਰਹੇ ਹੋ ਹਾਦਸੇ ਵੀ ਵਾਪਰ ਰਹੇ ਨੇ, ਉਹਦੇ ਲਈ ਟ੍ਰੈਫਿਕ ਪੁਲਿਸ ਦੇ ਕੀ ਉਪਰਾਲੇ ਨੇ? ਅਸੀਂ ਸਰ ਅੱਜ ਹੀ ਤੁਹਾਡੇ ਸ਼ਹਿਰ 'ਚ ਅਸੀਂ ਰਿਫਲੈਕਟਰ ਲਾ ਰਹੇ ਹਾਂ ਅਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ। ਅਤੇ ਧੁੰਦ ਦੇ ਵਿੱਚ ਤਕਰੀਬਨ ਫੋਗ ਲਾਈਟਾਂ ਵੀ ਹੁੰਦੀਆਂ ਨੇ ਅਤੇ ਲੋਕਾਂ ਨੂੰ ਸਮਝਾਇਆ ਜਾਊਗਾ ਕਿ ਜਿਹੜੀ ਗੱਡੀ ਹੈ ਉਹ ਬੜੇ ਧਿਆਨ ਨਾਲ ਚਲਾਉਣੀ ਹੈ, ਖਾਸ ਕਰਕੇ ਜਦੋਂ ਤੁਹਾਡੀ ਰਿਫਲੈਕਟਰ ਲੱਗਿਆ ਹੋਊਗਾ ਉਦੋਂ ਗੱਡੀ ਦਾ ਪਤਾ ਲੱਗਦਾ ਵੀ ਅੱਗੇ ਗੱਡੀ ਜਾ ਰਹੀ ਹੈ। ਇੱਕ ਸਰ ਹੋਰ ਬਹੁਤ ਵੱਡੀ ਸਮੱਸਿਆ, ਜਿਹੜੇ ਕਈ ਬੱਚੇ ਜਿਹੜੇ ਨਾਬਾਲਗ ਮਾਪੇ ਆਪਣੇ ਬੱਚਿਆਂ ਨੂੰ, ਨਾਬਾਲਗ ਬੱਚਿਆਂ ਨੂੰ ਵਹੀਕਲ ਚਲਾਉਣ ਦਿੰਦੇ ਨੇ, ਉਹ ਮਾਪਿਆਂ ਨੂੰ ਕੋਈ ਸੰਦੇਸ਼ ਤੁਹਾਡਾ ਜੀ? ਹਾਂਜੀ, ਇਹ ਕੱਲ੍ਹ ਹੀ ਸਾਡਾ ਦਿਨ ਸੀ ਅਭਿਆਨ ਦਿਨ, ਇਹ ਕੱਲ੍ਹ ਸੀਗਾ। ਇਹ ਟਰਨ ਬਾਈ ਟਰਨ SSP ਸਾਹਿਬ ਨੇ ਸ਼ਡਿਊਲ ਬਣਾਇਆ ਹੋਇਆ। ਅਸੀਂ ਉਹ ਕੱਲ੍ਹ ਮਾਂ ਬਾਪ ਨੂੰ ਉੱਥੇ ਮੌਕੇ 'ਤੇ ਜਿਹੜੇ ਨੇੜੇ ਸੀਗੇ, ਜਿਹੜੇ ਈਜ਼ੀ ਆ ਸਕਦੇ ਸੀ, ਉਹਨਾਂ ਨੂੰ ਅਸੀਂ ਬੁਲਾਇਆ ਔਰ ਉਹਨਾਂ ਨੂੰ ਅਵੇਅਰ ਕੀਤਾ ਔਰ ਦੂਸਰੇ ਬੱਚਿਆਂ ਤੋਂ ਵੀ ਅਸੀਂ ਉਹਨਾਂ ਨੂੰ ਅਵੇਅਰ ਕਰਾਇਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ, 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਹੀਕਲ ਨਾ ਚਲਾਵੇ, ਕਿਉਂਕਿ ਜਿੰਨਾ ਚਿਰ ਉਹਨੂੰ ਆਪਣਾ ਲਾਇਸੈਂਸ ਨਹੀਂ ਮਿਲਦਾ ਉਹਨਾਂ ਚਿਰ ਜੇ ਕੋਈ ਐਕਸੀਡੈਂਟ ਹੁੰਦਾ ਉਹਦਾ ਬਹੁਤ ਵੱਡਾ ਕਲੇਮ ਪੈਂਦਾ ਬੰਦੇ ਨੂੰ ਅਤੇ ਮਾਂ ਬਾਪ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਂਦੀ। ਇਹ ਸਨ ਇੰਸਪੈਕਟਰ ਟ੍ਰੈਫਿਕ ਜ਼ਿਲ੍ਹਾ ਇੰਚਾਰਜ ਰਣਜੀਤ ਸਿੰਘ ਬੈਨੀਪਾਲ ਜੀ। ਸੋ ਉਹਨਾਂ ਨਾਲ ਨੇ ਇੱਕ ਸਾਡੇ ਜਿਹੜੇ ਟ੍ਰੈਫਿਕ ਪ੍ਰਤੀ ਲੋਕਾਂ ਨੂੰ ਹਮੇਸ਼ਾ ਜਾਗਰੂਕ ਕਰਦੇ ਰਹਿੰਦੇ ਨੇ ਗੁਰਜਾਪ ਜੀ। ਇਹ ਗੁਰਜਾਪ ਜੀ, ਜਿਹੜਾ ਤੁਸੀਂ ਪਹਿਲਾਂ ਤੋਂ ਸ਼ੁਰੂ ਤੋਂ ਤੁਹਾਡੇ ਮਤਲਬ ਇੱਕ ਤਹੱਈਆ ਕੀਤਾ ਹੋਇਆ ਪੰਜਾਬ ਪੁਲਿਸ DGP ਦੇ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਜਾਗਰੂਕ ਕਰਨਾ, ਪਰ ਜਿਹੜੇ ਤੁਹਾਡੇ ਜਾਗਰੂਕਤਾ ਮੁਹਿੰਮ ਹਫ਼ਤਾ ਚਲਾਇਆ, ਇਹਦੇ ਵਿੱਚ ਤੁਸੀਂ ਕਿੱਦਾਂ ਦਾ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ? ਸਰ, ਮਾਨਯੋਗ ਸੀਨੀਅਰ ਅਫੀਸਰ ਸਾਹਿਬਾਨਾਂ ਦੇ ਹੁਕਮ ਮੁਤਾਬਕ ਇੰਸਪੈਕਟਰ ਰਣਜੀਤ ਸਿੰਘ ਬੈਣੀਪਾਲ ਜੀ ਯੋਗ ਅਗਵਾਈ ਵਿੱਚ ਅੱਜ ਅਸੀਂ ਨਾਭੇ ਵਿਖੇ ਆਏ ਹਾਂ ਔਰ ਅਸੀਂ ਅੱਜ ਕੰਪੇਨ ਚਲਾਈ ਹੈ ਕਿ ਇੱਕ ਹਫ਼ਤਾ ਲੋਕਾਂ ਨੂੰ ਪੈਦਲ ਵਿਅਕਤੀਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਸੜਕਾਂ ਉੱਤੇ ਡਰਿੰਕਿੰਗ ਡਰਾਈਵਿੰਗ ਨਾ ਕਰਨ ਬਾਰੇ ਅਤੇ ਮੋਬਾਈਲ ਫੋਨ ਨਾ ਸੁਣਨ ਬਾਰੇ, ਇਹਦੇ ਬਾਰੇ ਜਾਗਰੂਕ ਕਰਾਂਗੇ ਜ਼ਿਆਦਾ। ਪਰ ਮੈਂ ਆਪ ਜੀ ਜ਼ਰੀਏ ਇੱਕ ਗੱਲ ਕਹਿਣਾ ਚਾਹੁੰਦਾ ਸਰ ਕਿ ਕਰਕੇ ਨਸ਼ਾ ਜੋ ਯਾਰੋ ਪਿਆ ਚਲਾਉਂਦਾ ਗੱਡੀ, ਇਹ ਜ਼ਿੰਦਗੀ ਨਾਲੋਂ ਮੌਤ ਪਿਆਰੀ, ਉਸ ਕਰ ਛੱਡੀਏ, ਆਪਣਾ ਨਹੀਂ ਤਾਂ ਬੱਚਿਆਂ ਦਾ ਹੀ ਭਲਾ ਤਕਾ ਲਈਏ। ਆਓ ਸਾਰੇ ਮਿਲ ਕੇ ਟ੍ਰੈਫਿਕ ਨਿਯਮ ਬਣਾ ਲਈਏ, ਭੰਗ ਦੇ ਪਹਾੜੇ ਜਾਣ ਜੋ ਜਾਣਾ ਰਲ ਬਚਾ ਲਈਏ।